ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜਿੱਤ ਚੁੱਕੇ ਨੇ 14,623 ਵੋਟਾਂ ਦੇ ਨਾਲ। ਡਾਕਟਰ ਧਰਮਵੀਰ ਗਾਂਧੀ ਦੀ ਜਿੱਤ ਵੀ ਪੱਕੀ ਹੋ ਗਈ ਹੈ। ਡਾਕਟਰ ਧਰਮਵੀਰ ਗਾਂਧੀ ਉਹਨਾਂ ਉਮੀਦਵਾਰਾਂ ਵਿੱਚੋਂ ਇੱਕ ਸੀ ਜਿਹੜੇ ਕਿ ਹਾਲ ਦੀ ਘੜੀ ਵਿੱਚ ਕਾਂਗਰਸ 'ਚ ਸ਼ਾਮਿਲ ਹੋਏ ਸਨ। ਹਾਲਾਂਕਿ 2014 ਦੇ ਵਿੱਚ ਉਹ ਵੀ MP ਪਹਿਲਾਂ ਬਣ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ, ਪਰ ਬਹੁਤੀ ਦੇਰ ਨਿਭੀ ਨਹੀਂ। ਉਹਨਾਂ ਨੇ ਕਿਹਾ ਕਿ ਮੈਂ ਕਿਸੇ ਦੇ ਕੀਤੇ ਹੋਏ ਜਾਂ ਰੱਖੇ ਹੋਏ ਸਵਾਲ ਥੋੜ੍ਹੀ ਪੜ੍ਹਨੇ ਆ ਪਾਰਲੀਮੈਂਟ ਵਿੱਚ, ਇਸ ਕਰਕੇ ਨਾਤਾ ਤੋੜ ਲੈਂਦੇ ਆ। ਬਾਅਦ ਵਿੱਚ ਆਜ਼ਾਦ ਤੌਰ ਦੇ ਉੱਤੇ ਜਿਹੜੇ ਆ ਉਹ ਵਿਚਰਦੇ ਰਹਿੰਦੇ ਆ। ਫਿਰ ਉਹਨਾਂ ਨੇ ਇੱਕ ਆਪਣੀ ਪਾਰਟੀ ਵੀ ਬਣਾਈ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਜ਼ਰੀਏ ਵੀ ਉਹਨਾਂ ਨੇ ਇਲੈਕਸ਼ਨ ਲੜੀ, ਪਰ ਹਾਰ ਜਾਂਦੇ ਆ ਪ੍ਰਨੀਤ ਕੌਰ ਤੋਂ। ਪਰ ਹੁਣ ਉਹਨਾਂ ਨੇ ਪ੍ਰਨੀਤ ਕੌਰ ਨੂੰ ਵੀ ਹਰਾਇਆ ਅਤੇ ਡਾਕਟਰ ਬਲਵੀਰ ਸਿੰਘ ਨੂੰ ਵੀ ਹਰਾ ਦਿੱਤਾ। ਡਾਕਟਰ ਗਾਂਧੀ ਜਿਹੜੇ ਜਿੱਤੇ ਨੇ, ਇਹ ਜਿੱਤ ਵੀ ਕਿਤੇ ਨਾ ਕਿਤੇ ਵੱਡੇ ਸੰਕੇਤ ਦੇ ਕੇ ਗਈ ਹੈ ਜੀ। ਬਿਲਕੁਲ ਸੰਦੀਪ, ਡਾਕਟਰ ਧਰਮਵੀਰ ਗਾਂਧੀ ਦੀ ਜਿੱਤ ਮੈਂ ਕਹਿੰਦਾ ਕਿ ਆਮ ਲੋਕਾਂ ਦੀ ਜਿੱਤ ਆ, ਸੈਕੂਲਰ ਕਿਸਮ ਦੇ ਲੋਕਾਂ ਦੀ ਜਿੱਤ ਆ, ਸਿਵਲ ਸੁਸਾਇਟੀ ਦੀ ਜਿੱਤ ਆ। ਹਮੇਸ਼ਾ ਡਾਕਟਰ ਧਰਮਵੀਰ ਗਾਂਧੀ ਉਹਨਾਂ ਦਾ ਫਿਰਕੂ ਪੁਣੇ 'ਤੇ ਚੋਟ ਕੀਤੀ ਆ, ਦੇਸ਼ ਦੇ ਵਿੱਚ ਜਿਹੜਾ ਯਹਿਰ ਘੋਲਿਆ ਜਾ ਰਿਹਾ ਸੀ ਉਹਨੂੰ ਕਾਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਔਰ ਦੂਜੀ ਦਫ਼ਾ ਉਹ MP ਬਣ ਚੁੱਕੇ। 2014 ਦੇ ਵਿੱਚ ਉਹ ਆਮ ਆਦਮੀ ਪਾਰਟੀ ਵੱਲੋਂ MP ਬਣੇ ਸੀ, 2019 ਦੇ ਵਿੱਚ ਉਹਨਾਂ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਜਿਹੜਾ ਬਣਿਆ ਉਹਦੇ ਵੱਲੋਂ ਲੜੀ ਸੀ, ਹਾਰ ਗਏ ਸੀ, ਲੇਕਿਨ 2024 ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਲੜੀ। ਔਰ ਰਾਹੁਲ ਗਾਂਧੀ ਦਾ ਆਉਣਾ, ਪ੍ਰਿੰਕਾ ਗਾਂਧੀ ਦਾ ਆਉਣਾ, ਇਹ ਆਪਣੇ ਆਪ 'ਚ ਇੱਕ ਖੂਬਸੂਰਤੀ ਕਿ ਡਾਕਟਰ ਧਰਮਵੀਰ ਗਾਂਧੀ ਕਿੰਨੇ ਪਿਆਰੇ ਨੇ ਗਾਂਧੀ ਪਰਿਵਾਰ ਵਾਸਤੇ, ਕਿਉਂਕਿ ਹੈ ਹੀ ਇੱਕ ਐਡੇ ਸੋਹਣੇ ਇਮਾਨਦਾਰ ਵਿਭਾਗ ਪੰਜਾਬ ਦੀ ਆਵਾਜ਼ ਅਜਿਹੀ ਸ਼ਖਸੀਅਤ ਸੀ। ਅਤੇ ਮੈਨੂੰ ਲੱਗਦਾ ਕਿ ਪਟਿਆਲੇ ਦੇ ਲੋਕ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਦੂਜੀ ਵਾਰ MP ਬਣਾਇਆ ਗਾ। ਔਰ ਪ੍ਰਨੀਤ ਕੌਰ ਜਿਹੜੇ ਕਹਿੰਦੇ ਸੀ ਕਿ ਅਸੀਂ ਸਾਡੀ ਜਿੱਤ ਪੱਕੀ ਆ ਜੀ, 4 ਵਾਰਾਂ ਦੀ MP ਸੈਂਟਰ ਦੇ ਵਿੱਚ ਵਜ਼ੀਰ ਅਤੇ ਤੀਜੇ ਨੰਬਰ 'ਤੇ ਆਈ ਨੇ, ਦੂਜੇ ਨੰਬਰ 'ਤੇ ਡਾਕਟਰ ਬਲਬੀਰ ਸਿੰਘ ਜਿਹੜੇ ਸੂਬੇ ਦੇ ਸਿਹਤ ਮੰਤਰੀ, ਇਸ ਕਰਕੇ ਡਾਕਟਰ ਧਰਮਵੀਰ ਦੀ ਜਿੱਤ ਆ ਮੈਨੂੰ ਲੱਗਦਾ ਕਿ ਆਮ ਲੋਕਾਂ ਦੀ ਜਿੱਤ ਹੋਈ ਆ। ਕਿਉਂਕਿ ਡਾਕਟਰ ਧਰਮਵੀਰ ਗਾਂਧੀ ਦੇਖੋ 1 ਜੂਨ ਨੂੰ ਵੋਟਾਂ ਪੈਂਦੀਆਂ, 2 ਜੂਨ ਨੂੰ ਫਿਰ ਉਹ ਆਪਣੇ ਕਲੀਨਿਕ ਦੇ ਵਿੱਚ ਬੈਠ ਜਾਂਦੇ ਨੇ। ਇੱਕ ਮਾਮੂਲੀ ਜੀ ਫੀਸ, 70 ਰੁਪਏ, 50 ਰੁਪਏ, 30 ਰੁਪਏ ਫੀਸ ਦੇ ਨਾਲ ਉਹ ਚੈੱਕਅਪ ਕਰਦੇ, ਦਵਾਈ ਵੀ ਕੋਲੋਂ ਦਿੰਦੇ ਨੇ, ਕਈਆਂ ਨੂੰ ਫ੍ਰੀ ਵੀ ਦੇ ਦਿੰਦੇ ਨੇ। ਇਹ ਉਹਨਾਂ ਦੀ ਇੱਕ ਇਨਸਾਨੀਅਤ ਸੀ ਨਾ, ਇੱਕ ਕਰਕੇ ਔਰ ਲੋਕਾਂ ਨੇ ਉਹਨਾਂ ਦਾ ਮੁੱਲ ਮੋੜਿਆ ਗਾ। ਅਤੇ ਮੈਨੂੰ ਲੱਗਦਾ ਕਿ ਜਦੋਂ ਅਜਿਹੇ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਕਰਨਗੇ ਤਾਂ ਸਾਡਾ ਵੀ ਸਾਰਿਆਂ ਦਾ ਸਲੂਟ ਕਰਨਾ ਬਣਦਾ ਕਿ ਜਿਹੜਾ ਵੀ ਬੰਦਾ, ਜਿਹੜਾ ਵੀ MP, 543 MP ਜਦ ਦੇਸ਼ ਦੀ ਗੱਲ ਕਰਦੇ ਹੈਗੇ ਨਾ ਤਾਂ ਦੇਸ਼ ਉਹਨਾਂ 'ਤੇ ਮਾਣ ਕਰਦਾ। ਜਦ ਤੁਸੀਂ ਧਰਮ ਦੀ ਗੱਲ ਕਰਦੇ ਹੋ, ਫਿਰਕੂ ਪੁਣੇ ਦੀ ਗੱਲ ਕਰਦੇ ਹੋ, ਤਾਂ ਦੇਸ਼ ਤੁਹਾਨੂੰ ਨਫ਼ਰਤ ਕਰਦਾ ਹੈਗਾ। ਅਤੇ ਨਫ਼ਰਤ ਦੀ ਲੜਾਈ ਦੇ ਵਿੱਚ ਅਗਰ ਡਾਕਟਰ ਧਰਮਵੀਰ ਗਾਂਧੀ ਜਿੱਤਦੇ ਹੈਗੇ ਨੇ ਤਾਂ ਪਟਿਆਲੇ ਦੇ ਲੋਕ ਇਹ ਵਧਾਈ ਦੇ ਪਾਤਰ ਨੇ ਕਿ ਅਸੀਂ ਅਜਿਹੇ ਲੋਕ ਚੁਣ ਕੇ ਭੇਜੇ। ਮੀਤ ਹੇਰ ਵੀ ਕੋਈ ਮਾੜਾ ਨਹੀਂ, ਨੌਜਵਾਨ ਚਿਹਰਾ, ਲਾਜ਼ਮੀ ਤੌਰ 'ਤੇ ਉਹ ਪੰਜਾਬ ਦੀ ਗੱਲ ਰੱਖਣਗੇ, ਪੰਜਾਬ ਦੀ ਜਵਾਨੀ ਦੀ ਗੱਲ ਰੱਖਣਗੇ, ਦੇਸ਼ ਦੀ ਜਵਾਨੀ ਦੀ ਗੱਲ ਰੱਖਣਗੇ। ਇਹ ਜਿਹੜੇ ਅੱਜ MP ਚੁਣੇ ਗਏ ਨੇ, ਚੰਜੀ ਚੰਨੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ, ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ, ਔਜਲਾ ਗੁਰਜੀਤ ਸਿੰਘ ਔਜਲਾ ਨੂੰ ਅਸੀਂ 2 ਵਾਰ ਸੁਣਿਆ, ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਆ। ਜਿਹੜੇ ਵੀ ਅੱਜ 13 MP ਜਿੱਤਣਗੇ ਨਾ, ਚਾਹੇ ਉਹ ਅਕਾਲੀ ਦਲ ਵੱਲੋਂ ਜਿੱਤਣ, ਚਾਹੇ ਉਹ ਆਪ ਵੱਲੋਂ ਜਿੱਤਣ, ਚਾਹੇ ਉਹ ਕਾਂਗਰਸ ਵੱਲ ਜਿੱਤਣ, ਅਗਰ ਪੰਜਾਬ ਦੀ ਗੱਲ ਕਰਨਗੇ ਤਾਂ ਲਾਜ਼ਮੀ ਤੌਰ 'ਤੇ ਉਹ ਸਾਰਾ ਪੰਜਾਬ ਉਹਨਾਂ ਦੇ ਫਖਰ ਮਹਿਸੂਸ ਕਰੇਗਾ। ਔਰ ਡਾਕਟਰ ਧਰਮਵੀਰ ਗਾਂਧੀ ਵੀ ਔਰ ਡਾਕਟਰ ਚੰਨੀ ਚੰਨੀ, ਮੀਤ ਹੇਰ, ਸੁਖਜਿੰਦਰ ਸਿੰਘ ਰੰਧਾਵਾ, ਇਹ ਸਾਰੇ ਜਿਹੜੇ ਗੁਰਜੀਤ ਸਿੰਘ ਔਜਲਾ ਜਿਹੜੇ MP ਜਿੱਤ ਰਹੇ ਨੇ ਜਾਂ ਜਿੱਤਣਗੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਕਿਉਂਕਿ ਇੱਕ 5 ਕੋਣਾ ਮੁਕਾਬਲਾ, 6 ਕੋਣਾ ਮੁਕਾਬਲਾ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਜੰਗ ਸੀ। ਬਿਲਕੁਲ, ਨਵੇਂ ਬਣ ਰਹੇ MP, ਇਹਨਾਂ ਦੇ ਇੱਕ ਸਾਹਮਣੇ ਇਮਤਿਹਾਨ ਇਹ ਵੀ ਹੋਵੇਗਾ ਕਿ 7 ਰਾਜ ਸਭਾ ਮੈਂਬਰਾਂ ਨੂੰ ਮੁਕਾਬਲਾ ਕਿਵੇਂ ਦੇਣਾ। 7 ਰਾਜ ਸਭਾ ਮੈਂਬਰਾਂ ਤੋਂ ਪੰਜਾਬ ਦੀ ਜਨਤਾ ਬਹੁਤ ਹੀ ਸੰਤੁਸ਼ਟ ਨਹੀਂ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਠੋਸ ਢੰਗ ਦੇ ਨਾਲ ਨਹੀਂ ਰੱਖਿਆ ਗਿਆ। ਹੁਣ 13 ਨਵੇਂ ਲੋਕ ਸਭਾ ਮੈਂਬਰ ਜਿਹੜੇ ਚੁਣੇ ਜਾ ਰਹੇ ਆ, ਇਹਨਾਂ ਤੋਂ ਉਮੀਦਾਂ ਪੰਜਾਬ ਦੇ ਲੋਕਾਂ ਜ਼ਰੂਰ ਹੋਣਗੀਆਂ, ਚਾਹੇ ਕਿਸੇ ਵੀ ਧਿਰ ਦਾ ਕਿਉਂ ਨਾ ਹੋਵੇ।